ਪੂਰੇ ਲੱਖ ਦੀਆਂ ਲੇਟਾਂ ਲੱਖ ਰੁਪਏ ਦੀਆਂ ਲੇਟਾਂ ਕੱਲੀਆਂ ਲੱਖ ਰੁਪਏ ਇਹ ਜਦੋਂ ਛੱਡਦੀਆਂ ਨਾ ਜੇ ਹੁਣ ਵੀ ਛੱਡ ਤੂੰ ਦਿਸਣ ਨਹੀਂ ਦਿੰਦੀਆਂ ਆਂ ਨੇਰੇ ਹੀ ਤਾਂ ਦੱਸੋ ਵੀ ਇਹ ਕੀ ਕਰਨਗੀਆਂ ਇਹ ਟਰੈਕਟਰ ਤੇ ਕਿੰਨਾ ਪੈਸਾ ਲੱਗ ਗਿਆ ਹੁਣ ਤੱਕ ਹੁਣ ਤੱਕ ਜਿੱਥੇ ਹੁਣ ਇਹ ਖੜਾ ਹੈ ਬੰਪਰ ਤੋਂ ਲੈ ਕੇ ਹੁੱਕ ਤੱਕ ਦੱਸ ਦਈਏ 9.5 ਲੱਖ ਰੁਪਏ 9.5 ਲੱਖ ਰੁਪਏ 9.5 ਲੱਖ ਸਨੇ ਵਾਜਾ ਵੀ ਵਾਜਦਾ ਨਾਲੇ ਦਾ ਹੁਣ ਇਸ ਟਾਈਮ ਜੇ ਕਹੀ ਆਪਾਂ ਕਿਸੇ ਬੰਦੇ ਨੇ ਫੋਰ ਤਿਆਰ ਕਰਾਉਣਾ 92 ਮਾਡਲ ਹੀ ਕਰਾਉਣਾ ਐਵੇਂ ਹੀ ਕਰਾਉਣਾ ਹੋਵੇ ਹਾਂਜੀ ਕਿੰਨਾ ਕੁ ਖਰਚ ਲੱਗ ਜਾਂਦਾ ਹੋਊਗਾ ਇਹਦੇ ਤੇ 6 ਲੱਖ ਰੁਪਏ ਲੱਗੇ 6 ਲੱਖ ਰੁਪਏ 6 ਲੱਖ ਅੱਗੇ ਤੋਂ ਪਿੱਛੇ ਤੱਕ ਕੰਮ ਵੀ ਸਾਰਾ ਹੋਇਆ ਬਾਈ ਇਹਦਾ फिर 90-85 जट दी जमीन भी अज बुकदा रहा शेर इकला शेर यह मूसे वाला यह ट्रैक्टर नवे सिरे का 2.5 लाख रुपया खाया ਕੱਲਾ ਮੈਕੈਨੀਕਲ ਹਾਂਜੀ ਮੈਕੈਨੀਕਲ ਚ ਕੀ ਕੀ ਆਉਂਦਾ ਹੋਊਗਾ ਕੀ ਕੀ ਕਰਨਾ ਲੈ ਇੰਜਨ ਗੇਅਰ ਲੈਫਟ ਪੰਪ ਗੇਅਰ ਜੋ ਵੀ ਪਾਵਰ ਸਟੀਅਰਿੰਗ ਨਹੀਂ ਹੋਇਆ ਟਰੈਕਟਰ ਨਹੀਂ ਹੈ ਤੇ ਹੋਰ ਲੱਗਣੇ ਸੀ ਪੈਸੇ ਅੱਛਾ ਹਾਂ ਕੱਲਾ ਪਾਵਰ ਸਟੀਅਰਿੰਗ ਆ ਜਿਹੜਾ 55000 ਰੁਪਏ ਖਾ ਜਾਂਦਾ ਕਿਉਂਕਿ ਮੂਰਲਾ ਹੀ ਸਾਟੀ 20 ਨਾਲ ਲਾਉਣਾ ਪੈਂਦਾ ਇਹਨੂੰ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਲਓ ਜੀ ਗੱਲਬਾਤ ਐ ਹੋ ਗਈ ਆ ਅੱਜ ਹਮ ਖੜੇ ਹੈ ਮਾਲਵੇ ਵਿੱਚ ਮਾਲਵੇ ਚ ਖੜੇ ਆ ਮਿੱਤਰੋ ਤੇ 5 ਗਰਾਂ ਕਲਾਂ ਕੋਟਪੂਰੇ ਦੇ ਲਵੇ ਹੈ ਤੇ ਜਦੋਂ ਆ ਟਰੈਕਟਰ ਆ ਜਾਂਦਾ ਵਿੱਚ ਵੀਡੀਓ ਦੇ ਫੇਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਬਾਪੂ ਜੀ ਆ ਗਏ ਮਤਲਬ ਪੱਟਾਂ ਦੇ ਥਾਪੀਆਂ ਮਰਾਉਣ ਵਾਲੇ ਹੈ ਗੇਲਾ ਟਰੈਕਟਰ ਵਰਕਸ਼ਾਪ ਤੋਂ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਮੈਂ ਕਿਹਾ ਲਓ ਜੀ ਅੱਜ ਉਹ ਵਾਲੀ ਚੀਜ਼ ਬਣ ਗਈ ਹੈ ਜਦੋਂ ਚੇਤੇ ਆਪਾਂ ਪਹਿਲੀ ਵੀਡੀਓ ਕੀਤੀ ਸੀ ਉਦੋਂ ਵੀ ਐਂ ਸੀਗਾ ਜੀ ਐਂ ਸੀ ਇੱਕ ਫੋਟ ਖੜਿਆ ਸੀਗਾ ਤੇ ਇੱਕ 911 ਇੱਕ 911 ਹਾਂਜੀ ਜੱਟ ਦੇ ਜ਼ਮੀਨ ਦੀ ਜੱਟ ਦੇ ਜ਼ਮੀਨ ਬਣ ਗਈ ਅੱਜ ਤੇ ਉਹੀ ਚੀਜ਼ ਦੁਬਾਰਾ ਬਣ ਗਈ ਤੇ ਅੱਜ ਹੈਗੇ ਇਹਦੇ ਦੋ ਟਰੈਕਟਰ ਪਰ ਐਤਕੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਚੀਜ਼ਾਂ ਆਤੀਆਂ ਨਾ ਚਾਹੇ ਹਾਂ ਬਦਾਇਰ ਕੀ ਉਹਨਾਂ ਨਾਲੋਂ ਜ਼ਿਆਦਾ ਸ਼ੋਧ ਹੋਈ ਆ ਜਿਵੇਂ ਆਹ ਵਾਲਾ ਫੋੜ ਆ ਬਾਪੂ ਜੀ ਹਾਂਜੀ ਇਹਦੇ ਵਿੱਚ ਕੀ ਲਾਤਾ ਫੇ ਮਤਲਬ ਇਹ ਤਾਂ ਬੜਾ ਤਕੜਾ ਸਿਸਟਮ ਲਾ ਰੱਖਿਆ ਮੈਨੂੰ ਲੱਗਦਾ ਇਹਦੇ ਜੀ ਬੰਪਰ ਲੱਗ ਗਿਆ ਲਾਈਟਾਂ ਲੱਗ ਗਈਆਂ ਤਕਰੀਬਨ ਕੰਮ ਤਾਂ ਸਾਰਾ ਦਾ ਹਾਈਫਾਈ ਆ ਇਹਦਾ ਟੌਪ ਤੇ ਆ ਤੇ ਮਗਰਾੜ ਨਵੇਂ ਲੱਗ ਚੁੱਕੇ ਆ ਟਾਇਰ ਚਾਰੇ ਨਵੇਂ ਪੈ ਚੁੱਕੇ ਆ ਰੈਮ ਬਦਲ ਕਿਹੜਾ ਆ ਹਾਂਜੀ ਮਾਡਲ ਕਿਹੜਾ ਹੋਊ ਇਹ ਉਹਦਾ ਮਾਡਲ ਇਹ ਟਰੈਕਟਰ ਹੈਗਾ ਜੀ 92 ਮਾਡਲ ਟਰੈਕਟਰ ਹੈ ਇਹ 92 ਮਾਡਲ ਟਰੈਕਟਰ ਹੈ ਹਾਂਜੀ ਇਹ ਇੰਡੀਆ ਵਾਲਾ ਟਰੈਕਟਰ ਇੰਡੀਆ ਦਾ ਟਰੈਕਟਰ ਹੈ ਉਹ ਟਰੈਕਟਰ ਹੈ ਹਨਾ ਹਾਂ ਜਿਵੇਂ ਅੱਜ ਕੱਲ ਆਪਾਂ ਫੋੜ ਤਿਆਰ ਕਰਦੇ ਆ ਲੋਕ ਕਹੀ ਜਾਂਦੇ ਨੇ ਵੀ ਜਿੱਦਾਂ ਟਾਈਮ ਲੰਘੀ ਜਾਂਦਾ ਖਰਚਾ ਵਧੀ ਜਾਂਦਾ ਟਰੈਕਟਰ ਖਰਚਾ ਵਧੀ ਜਾਂਦਾ ਸਹੀ ਗੱਲ ਹੈ ਜੀ ਹੁਣ ਇਸ ਟਾਈਮ ਜੇ ਕਹੀ ਆਪਾਂ ਕਿਸੇ ਬੰਦੇ ਨੇ ਫੋੜ ਤਿਆਰ ਕਰਾਉਣਾ 92 ਮਾਡਲ ਹੀ ਕਰਾਉਣਾ ਐਵੇਂ ਹੀ ਕਰਾਉਣਾ ਹੋਵੇ ਹਾਂਜੀ ਕਿੰਨਾ ਕੁ ਖਰਚ ਲੱਗ ਜਾਂਦਾ ਹੋਊਗਾ ਇਹਦੇ ਤੇ 6 ਲੱਖ ਰੁਪਏ ਲੱਗੇ 6 ਲੱਖ ਰੁਪਏ 6 ਲੱਖ ਅੱਗੇ ਤੋਂ ਪਿੱਛੇ ਤੱਕ ਕੰਮ ਵੀ ਸਾਰਾ ਹੋਇਆ ਬਾਈ ਇਹਦਾ 6 ਲੱਖ ਰੁਪਏ ਚ ਆਪਾਂ ਜੇ ਦੱਸਣਾ ਹੋਵੇ ਬਾਈ ਜੀ ਕੀ ਕੀ ਕਰਤਾ ਵਾ ਸਾਰਾ ਹੀ ਨਵਾਂ ਸਾਰਾ ਓਵਰਹਾਲ ਹੋ ਗਿਆ ਜੀ ਓਵਰਹਾਲ ਹੋ ਗਿਆ ਜਿਹੜਾ ਬੰਪਰ ਇਹ ਨਵਾਂ ਆ ਇਹ ਵੀ ਨਵਾਂ ਲੱਗ ਗਿਆ ਹਾਂ ਤੇ ਮੂਰਲੇ ਹਿੱਸੇ ਸਪੈਂਡਲ ਸਪੂਲ ਸਾਰਾ ਕੁਝ ਨਵਾਂ ਜੀ ਸਾਰਾ ਹਿੱਸੇ ਦਾ ਮੂਰਲੇ ਹਿੱਸੇ ਦਾ ਪੂਰਾ ਕੰਮ ਹੋ ਗਿਆ ਲਾਈਟਾਂ ਨਵੀਆਂ ਲੱਗ ਗਈਆਂ ਹਾਂਜੀ ਛਤਰੀ ਨਵੀਂ ਲੱਗ ਗਈ ਅੱਛਾ ਤਰੀ ਨਵੀਂ ਇਹ ਛਤਰੀ ਤਾਂ ਮੈਨੂੰ ਲੱਗਦਾ ਤੁਹਾਡਾ ਆਪਦਾ ਹੀ ਆ ਨਾ ਆਪਦਾ ਹੀ ਆ ਜੀ ਹਾਂਜੀ ਹਾਂਜੀ ਆਪਦਾ ਉਹ ਵੀ ਲੱਗ ਗਈ ਤੇ ਇੰਜਣ ਵਿੱਚ ਇਹਦੇ ਕੀ ਕੀ ਕਰਨਾ ਪੈ ਗਿਆ ਇੰਜਣ ਦਾ ਸਾਰਾ ਓਵਰਹਾਲ ਨਵਾਂ ਸਮਾਨ ਪੈ ਗਿਆ ਜੀ ਵਿੱਚ ਇਹਦੇ ਹਾਂ ਹਾਂਜੀ ਜਿਵੇਂ ਤੁਹਾਡੇ ਕੋਲੇ ਬੰਦਾ ਆ ਕੇ ਨਹੀਂ ਕੋਈ ਕਹਿੰਦਾ ਜੀ ਇਹ ਚ ਸਪਰਿੰਗ ਜਾਂ ਪਾ ਦੇ ਉਹਨੂੰ ਦੌੜਦਾ ਕਰਦੇ ਹੋ ਸਾਹ ਨੂੰ ਚੱਕਦੇ ਹੋ ਫੜ ਕੇ ਹਾਂਜੀ ਇਹ ਤਾਂ ਜੇ ਦੌੜਨ ਲੱਗ ਪਏ ਤਾਂ ਤੂੰ ਸੰਭਾਲਣ ਵਾਲੇ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਇਹ ਜ਼ਿਆਦਾ ਦੌੜਦੇ ਨੇ ਇੰਨਾ ਦੌੜਦਾ ਹੈ ਇਹ ਇਹਦਾ ਮਕੈਨੀਕਲ ਤੇ ਵੈਸੇ ਜਦੋਂ ਕੋਈ ਟਰੈਕਟਰ ਨਵਾਂ ਤਿਆਰ ਕਰਾਉਣਾ ਹੋਵੇ ਜਿਹੜਾ ਬਾਈ ਸਾਡਾ ਦੇਖਦਾ ਹਾਂਜੀ ਹਾਂਜੀ ਮਕੈਨੀਕਲ ਕਿੰਨਾ ਕੁ ਖਰਚਾ ਲੈ ਜਾਂਦੀ ਹੋਊਗੀ ਜੇ ਆਪਾਂ ਨਵੇਂ ਸਿਰੋਂ ਸਾਰਾ ਟਰੈਕਟਰ ਇਹ ਟਰੈਕਟਰ ਨੂੰ ਨਵੇਂ ਸਿਰੇ ਕਰਨਾ 2.5 ਲੱਖ ਰੁਪਏ ਹੈ ਕੱਲਾ ਮਕੈਨੀਕਲ ਹਾਂਜੀ ਮਕੈਨੀਕਲ ਚ ਕੀ ਕੀ ਆਉਂਦਾ ਹੋਊਗਾ ਕੀ ਕੀ ਕਰਨਾ ਲੈ ਇੰਜਨ ਗੇਅਰ ਲੈਫਟ ਪੰਪ ਗੇਅਰ ਜੋ ਵੀ ਪਾਵਰ ਸਟੀਅਰਿੰਗ ਨਹੀਂ ਹੋਇਆ ਟਰੈਕਟਰ ਨਹੀਂ ਹੈ ਤੇ ਹੋਰ ਲੱਗਣੇ ਸੀ ਪੈਸੇ ਅੱਛਾ ਹਾਂ ਕੱਲਾ ਪਾਵਰ ਸਟੀਅਰਿੰਗ ਆ ਜਿਹੜਾ 55000 ਰੁਪਏ ਖਾ ਜਾਂਦਾ ਕਿਉਂਕਿ ਮੂਰਲਾ ਹੀ ਸਾਟੀ 20 ਨਾਲ ਲਾਉਣਾ ਪੈਂਦਾ ਇਹਨੂੰ ਫਿਰ ਪਾਵਰ ਸਟੀਅਰਿੰਗ 55000 ਰੁਪਏ ਉਹ ਅੱਡ ਤੋਂ ਲਾ ਲਓ ਉਹ ਅੱਡ ਲਾ ਲਓ ਹਾਂਜੀ ਫਿਰ ਮੁੜ ਕੇ ਆ ਕਰਨਾ ਫਿਰ ਇਹਦਾ ਪੰਪ ਵੀ ਸੈਟਿੰਗ ਕਰਨੀ ਪੈਂਦੀ ਪੰਪ ਵੀ ਸੈਟਿੰਗ ਕਰਨੇ ਪੰਪ ਵੀ ਓਵਰਹਾਲ ਹੈ ਦਾ ਪੰਪ ਕੰਪਨੀ ਦਾ ਰੀਨਲ ਹੀ ਆ ਜਿਹੜਾ 3600 ਫੁੱਟ ਨੂੰ ਡਾਈਵਰ ਵਾਲਾ ਆਇਆ ਸੀ ਜਿਵੇਂ ਬਹੁਤੇ ਗਾ ਕੀ ਭਾਲਦੇ ਹੁੰਦੇ ਆ ਕਿ ਬਾਈ ਜੀ ਮੋਡੀਫਾਈ ਕਰਕੇ ਦੇ ਕਿ ਰੀਜਨਲ ਨਾਲ ਦਾ ਕਰਕੇ ਇਹ ਰੀਜਨਲ ਨਾਲ ਦਾ ਜੀ ਰੀਨਲ ਵੈਸੇ ਬਾਪੂ ਜੀ ਇਹਦੇ ਵਿੱਚ ਘਾਟ ਵਾਧ ਕੀ ਲੱਗਦੀ ਹੁੰਦੀ ਕਿ ਟਰੈਕਟਰ 'ਚ ਆਹ ਚੀਜ਼ ਕਰਦੇ ਹੋ ਫਿਰ ਹੋਰ ਸਾਰਾ ਲੱਗ ਜਾਂਦਾ ਹੈ
ਸਿਰਾ ਤਾਂ ਜੀ ਇਹਦੇ ਵਿੱਚ ਜਦੋਂ ਆਪਾਂ ਤਾਂ ਕੰਮ ਕਰਦੇ ਆ ਸਿਰਾ ਤਾਂ ਆਪਾਂ ਵੈਸੇ ਹੀ ਲਵਾ ਦਿੰਨੇ ਆ ਦਾ ਪਰ ਜਦੋਂ ਮਾਲਕ ਕਹਿੰਦਾ ਫਿਰ ਉਦੋਂ ਜਿਆਦੇ ਚ ਜਿਵੇਂ ਹੁਣ ਆ ਸੈਲਫ ਪਹਿਲਾਂ ਇਹਨੂੰ ਆਉਂਦੀ ਸੀਗੀ ਹਾਂਜੀ ਹੁਣ ਇਹਨੂੰ ਗਰਾਰੀਆਂ ਲੱਗ ਗਈ ਐਂ ਬਸ ਮਾੜੀ ਜੀ ਚਾਬੀ ਘਕਾਉਂਦੀ ਛੱਡਣ ਹੋਣੀ ਪੈਂਦੀ ਹੈ ਹਾਂ ਬਸ ਸਟਾਰਟ ਖੜਾ ਇੱਕ ਤਾਂ ਇਹ ਹੋ ਗਿਆ ਹਾਂਜੀ ਇੱਥੇ ਤੱਕ ਦਾ ਟਰੈਕਟਰ ਹੈਗਾ ਮੰਨ ਲਓ ਓਰੀਜਨਲ ਹੈ ਹਾਂਜੀ ਹਾਂਜੀ ਇਦੋਂ ਪਿੱਛੇ ਇਦੋਂ ਪਿੱਛੇ ਟੀ ਕਲਾਸਿਕ ਵਾਲੇ ਮਗਰਾੜ ਲੱਗ ਗਏ ਜੀ ਕਲਾਸਿਕ ਵਾਲੇ ਇਹ ਇੱਕ ਮੈਂ ਇੱਕ ਜੀ ਦੇਖੀ ਟਰੈਕਟਰ ਜਿੰਨਾ ਮਰਜ਼ੀ ਪੁਰਾਣਾ ਹੋਵੇ ਕਿਸੇ ਕੋਲ ਹੋਵੇ ਕੋ ਫਾਰਮ ਟਰੈਕ ਹੋਵੇ ਆ ਮਗਰਾੜ ਮਗਰਾੜ ਜ਼ਰੂਰੀ ਇਹ ਹੈਵੀ ਆ ਮਗਰਾੜ ਕਲਾਸਿਕ ਵਾਲੇ ਹੈ ਕਲਾਸਿਕ ਵਾਲੇ ਹੈ ਇਹ ਨਾ ਟਰੈਕ ਮਗਰਾੜ ਕੰਮ ਦਾ ਨਹੀਂ ਹੈ ਹਾਂ ਹਾਂ ਸੈਲਫ ਮਾਰ ਦੋ ਟ੍ਰੈਕਟਰ ਦਾ ਇਹਦਾ ਮਗਰਾੜ ਕੰਮ ਦਾ ਨਹੀਂਗਾ ਅੱਛਾ ਇਹ ਓਰੀਜਨਲ ਨਹੀਂ ਓਰੀਜਨਲ ਹੈਵੀ ਆ ਮਗਰਾੜ ਇਹ ਇਹਦੀਆਂ ਕਾਪੀਆਂ ਕੂਪੀਆਂ ਵੀ ਬਣਦੀਆਂ ਹੋਣਗੀਆਂ ਕਾਪੀਆਂ ਬਣਦੀਆਂ ਪਰ ਇਹ ਜਿਹੜੀ ਸ਼ੇਪ ਬਣ ਗਈ ਇਹਦੇ ਨਾਲ ਦੀ ਨਹੀਂ ਬਣਦੀ ਇਹਦੇ ਨਾਲ ਦੀ ਨਹੀਂ ਬਣਦੀ ਇਹਦੇ ਨਾਲ ਦੀ ਨਹੀਂ ਬਣਦੀ ਜੇ ਬਾਪੂ ਜੀ ਆਪਾਂ ਲਵਾਉਨੇ ਆ ਮੰਨ ਲਓ ਕਾਪੀ ਵਾਲੇ ਮਗਰਾੜ ਲਾ ਦਿੰਨੇ ਆ ਹਾਂਜੀ ਤੇ ਇੱਥੇ ਦੇ ਵਿੱਚ ਮੇਜਰ ਫਰਕ ਕੀ ਲੱਗਦਾ ਹੋਊਗਾ ਇਹਦੀ ਚਾਦਰ ਦਾ ਫਰਕ ਹੁੰਦਾ ਜੀ ਚਾਦਰ ਦਾ ਫਰਕ ਬਾਕੀ ਬੰਤਰ ਚ ਫਰਕ ਮੈਂ ਜਿਹੜੀਆਂ ਆ ਗੋਲੇ ਬਣ ਗਏ ਇਹ ਦੁਬਾਰਾ ਇਸ ਤਰ੍ਹਾਂ ਤਿਆਰ ਨਹੀਂ ਹੁੰਦੇ ਨਹੀਂ ਬਣਨੇ ਨਹੀਂ ਬਣਨੇ ਤੇ ਇਹ ਇੱਕ ਸੈੱਟ ਜੇ ਆਪਾਂ ਲੈਣਾ ਹੋਵੇ ਕਿੰਨੇ ਦਾ ਆਉਂਦਾ ਹੋਊਗਾ ਇਸ ਟਾਈਮ ਮਾਰਕੀਟ ਇਹ ਹੁਣ 16000 ਰੁਪਏ ਦਾ ਜੀ ਇਹ 16000 ਰੁਪਏ ਦੇ ਹੈਗੇ ਹਾਂ ਪੇਟੀ ਬੰਦ ਮਗਰਾੜ ਰੀਨਲ ਕੰਪਨੀ ਦਾ ਫਰੈਸ਼ ਪੀਸ ਆ ਇਹ ਮਤਲਬ ਲਿਆ ਕੇ ਰੰਗ ਮਾਰਨਾ ਹਾਂ ਜੀ ਰੰਗ ਮਾਰਨਾ ਤੇ ਇੱਕ ਤਾਂ ਆਹਾ ਮੁੜ ਕੇ ਮਗਲੇ ਹਿੱਸੇ ਜਾ ਜਾਂਦੇ ਹਾਂ ਜੀ ਇਹ ਚੇਂਜ ਕਰਤਾ ਤੇ ਨਹੀਂ ਚੇਂਜ ਨਹੀਂ ਕੀਤਾ ਓਰੀਜਨਲ ਹੀ ਆ ਇਹ ਆਪਾਂ ਯਾਨੀ ਕਿ ਡਿਸਕ ਬ੍ਰੇਕ ਕਰਤਾ ਇਹ ਟੂਪਾਂ ਬਦਲੀਆਂ ਚੇਂਜ ਹੋਊਂਗਾ ਇਹਦੀਆਂ ਟੂਪਾਂ ਬਦਲ ਹਾਂ ਕੱਲੀਆਂ ਟੂਪਾਂ ਚੇਂਜ ਕਰਤੀਆਂ ਹਾਂ ਇਹਦਾ ਬਾਪੂ ਜੀ ਇਹਦਾ ਕੱਲਾ ਮੈਂ ਇੱਕ ਚੀਜ਼ ਆ ਇਹ ਨਾ ਸੋਚ ਲਓ ਕਿ ਬਾਪੂ ਹੁਣੇ ਸਾਰੇ ਟਰੈਕਟਰ ਨਵੇਂ ਤਿਆਰ ਕਰ ਕਰਕੇ ਸਾਰੇ ਦਿੰਦੇ ਨੇ ਜੇ ਵੈਸੇ ਵੀ ਕਿਸੇ ਨੂੰ ਮਕੈਨਿਕ ਰਿਪੇਅਰ ਦਾ ਕੰਮ ਕਰਾਉਣ ਕਰਦੇ ਆ ਜੀ ਆਪਾਂ ਹਾਜ਼ਰ ਆ ਹਾਜ਼ਰ ਹੁਣ ਜੇ ਮੰਨ ਲਓ ਕਿਸੇ ਨੇ ਫੋੜ ਦੀਆਂ ਬ੍ਰੇਕਾਂ ਐ ਕਰਾਉਣੀਆਂ ਹੋਣ ਤੇ ਇਹਦਾ ਕਿੰਨਾ ਕੁ ਖਰਚਾ ਆਉਂਦਾ ਹੋਊਗਾ ਇਹਦੇ ਤੇ ਲੱਗ ਜਾਂਦਾ 45000 ਰੁਪਏ ਲੱਗ ਜਾਂਦਾ ਬ੍ਰੇਕਾਂ ਤੇ ਹਾਂਜੀ ਮਤਲਬ ਜੀ ਇੱਕ ਵਾਰੀ ਆਪਾਂ ਕਰ ਦਿੰਨੇ ਉਦੋਂ ਬਾਅਦ ਰਿਪੇਅਰ ਕਿਆ ਹੁੰਦੀਆਂ ਨੇ ਨਹੀਂ ਖਰਾਬ ਹੁੰਦੀਆਂ ਹੀ ਨਹੀਂ ਆ ਜੇ ਆਪਾਂ ਮਤਲਬ ਤੇਲ ਵਾਲੀਆਂ ਬ੍ਰੇਕਾਂ ਕਰਾਉਣੀਆਂ ਫਿਰ ਇਹ 90-85000 ਰੁਪਏ ਖਾ ਜਾਂਦੇ 90-85000 ਰੁਪਏ ਬਾਪੂ ਜੀ ਉਹਦਾ ਫਾਇਦਾ ਹੈਗਾ ਕਰਾਉਣ ਉਹਦਾ ਵੀ ਫਾਇਦਾ ਤੇ ਇਹਨਾਂ ਦਾ ਵੀ ਫਾਇਦਾ ਹਾਂਜੀ ਇਹਦੇ ਜਾਂ ਕੰਮ ਕਰਨ ਦਾ ਵਿੱਚ ਢੰਗ ਹੁੰਦਾ ਕਈ ਹੁਣ ਆਪਾਂ ਬ੍ਰੇਕਾਂ ਕਰਦੇ ਆ ਮਿਸਤਰੀਆਂ ਦਾ ਬ੍ਰੇਕਾਂ ਫਸਣ ਲੱਗ ਗਈਆਂ ਜੀ ਇਹਦੇ ਵਿੱਚ ਵੀ ਇੱਕ ਹੈਗਾ ਫੰਕਸ਼ਨ ਵੀ ਉਹ ਆਪਾਂ ਨਹੀਂ ਦੱਸ ਸਕਦੇ ਕਿ ਸੀਕ੍ਰੀਟ ਰੈਸਪੀ ਸਾਡੀ ਸੀਕ੍ਰੀਟ ਵਾਲੀ ਹੈਗੀ ਆ ਹਾਂਜੀ ਹਾਂਜੀ ਅੱਛਾ ਲਿੰਕਾਂ ਨੂੰ ਕਾ ਬਦਲਦੀਆਂ ਹਾਂਜੀ ਲਿੰਕਾਂ ਨਵੀਆਂ ਲੱਗ ਗਈਆਂ ਜੀ ਇਹਨੂੰ ਅੱਛਾ ਟਾਇਰ ਵੀ ਨਵੇਂ ਪੈ ਟਾਇਰ ਵੀ ਨਵੇਂ ਪੈ ਗਏ ਰੈਮ ਵੀ ਚਾਰੇ ਨਵੇਂ ਆ ਜੀ ਇਹਦੇ ਵਿੱਚ ਰੈਮ ਨਵੇਂ ਨੇ ਨਿੰਮ ਨਵੇਂ ਅੱਛਾ ਹਾਂ ਡਬਲ ਲੁੱਪੀ ਦਾ ਰੈਮ ਇਹਨੂੰ ਲੱਗਾ ਹਾਂ ਬਹੁਤ ਸੋਹਣੇ ਰੈਮ ਲੱਗੇ ਆ ਇਹਨੂੰ ਓਰੀਜਨਲ ਹੀ ਰੈਮ ਟਾਇਰ ਪੈ ਗਏ ਬੜੇ ਟਰੈਕਟਰ ਹੁਣ ਲੱਗਦਾ ਝੋਟਾ ਦੇਖਣ ਨੂੰ ਹੈ ਘੋੜਾ ਬਣ ਗਿਆ ਜੀ ਹੁਣ ਇਸ ਟਾਈਮ ਹਾਂ ਟਰੈਕਟਰ ਹੁਣ ਬਾਪੂ ਜਿਹਦੇ ਆ ਟਰੈਕਟਰ ਆ ਹਨਾ ਇਹ ਖੜਾ ਮੰਨ ਲਓ ਹਾਂਜੀ ਇਹ ਇੱਥੇ ਖੜਨੇ ਨੂੰ ਕਿੰਨੇ ਟਾਈਮ ਲੱਗ ਗਿਆ ਉਹਨੂੰ ਕਿੰਨੇ ਮਹੀਨੇ ਚ ਤਿਆਰ ਹੋ ਗਿਆ ਹੋਊ ਇਹਦਾ ਜੀ ਟਰੈਕਟਰ ਤੇ ਸਾਡੇ ਕੋਲੇ ਟਾਈਮ ਇਹਨੂੰ ਮਹੀਨੇ ਦਾ ਦਿੱਤਾ ਸੀਗਾ ਤੇ ਇਹ ਅਸੀਂ ਕਰਤਾ ਸੀਗਾ ਜੀ 20 ਕਿ ਦਿਨਾਂ ਚ ਤਿਆਰ ਉਹ ਬਾਈ ਲੈਣ ਹੀ ਨਹੀਂ ਆਏ ਹੁਣ ਇਹ 20 ਦਿਨ ਚ ਤਿਆਰ ਹੋ ਗਿਆ ਇਹ 20 ਦੇ ਕਿਉਂਕਿ ਤਾਂ ਸਾਰਾ ਕੰਮ ਹੋ ਚੁੱਕਿਆ ਸੀ ਪਹਿਲਾਂ ਉਹ ਬੰਦੇ ਕਿਹੜੇ ਆ ਜਿਹੜੇ ਕਹਿੰਦੇ ਬਾਈ 6 ਮਹੀਨੇ ਲੱਗਣਗੇ ਬਾਈ 3 ਮਹੀਨੇ ਲੱਗ ਜਾਣਗੇ ਐਂ ਲੱਗ ਹੀ ਜਾਂਦਾ ਜੀ ਆਉਂਦਾ ਹੁਣ ਆਪਾਂ ਨੇ ਕੋਲੇ ਵੀ 3-4 ਮਹੀਨੇ ਟਰੈਕਟਰ ਤੇ ਲੱਗ ਜਾਂਦੇ ਆ ਪਰ ਉਹ ਇਹ ਟਰੈਕਟਰ ਦਾ ਕੰਮ ਸਾਰਾ ਰਿਪੇਅਰ ਦਾ ਪਹਿਲਾਂ ਨਿਬੜ ਚੁੱਕਿਆ ਜੀ ਉਸ ਤੋਂ ਬਾਅਦ ਰੰਗ ਤੇ ਰੰਗ ਦਾ ਕੰਮ ਹਾਂ ਹੁਣ ਇਹਨੂੰ 1.5 ਮਹੀਨਾ ਹੋ ਗਿਆ ਰੰਗ ਹੋਏ ਨੂੰ ਹਜੇ ਬਾਈ ਲੈਣ ਨਹੀਂ ਆਏ ਉਹ ਹਾਂ ਮੈਂ ਕਿਹਾ ਚੱਲ ਅੱਜ ਆਪਾਂ ਵੀਡੀਓ ਤਿਆਰੀ ਕਰ ਲੈਨੇ ਆ ਅੱਛਾ ਮਤਲਬ ਐ ਹੈ ਕਿ ਬਾਈ ਮਹੀਨੇ ਦੇ ਵਿੱਚ ਇਹ ਟਰੈਕਟਰ ਤੁਹਾਨੂੰ ਮਿਲ ਜੂ ਜੀ ਜੇ ਮੈਕੈਨੀਕਲ ਤੋਂ ਛੁੱਟ ਕਰਾਉਣਾ ਹੋਵੇ ਆਪਾਂ ਮੈਕੈਨੀਕਲ ਬਾਹਰੋਂ ਕਰਾ ਕੇ ਲੈ ਆਓ ਤੇ ਮੀਟਰ ਦੇ ਪਹਿਲੋਂ ਵਾਲੇ ਸਾਰੇ ਰਹਿਣ ਵਾਲੀ ਹੈ ਜੀ ਹਾਂ ਤੇ ਆ ਬਦਲਤੇ ਬਾਪੂ ਜੀ ਇਹ ਬਦਲਤੇ ਇਹ ਲਾਤੇ ਇੰਡੀਕੇਟਰ ਲੱਗ ਗਏ ਹਾਰਨ ਲੱਗ ਗਿਆ ਵਿੱਚ ਇਹਦੇ ਹਾਂਜੀ ਵੱਡੇ ਲਾਏ ਆ ਵੱਡੇ ਲਾਏ ਆ ਵੱਡੇ ਲਾਏ ਆ ਇਹ ਸਾਰਾ ਕੁਝ ਬਾਪੂ ਲੱਗ ਗਿਆ ਛਤਰੀ ਵੀ ਲੱਗ ਗਈ ਹਨਾ ਛਤਰੀ ਹਾਂ ਜਿਵੇਂ ਤੁਹਾਡੀਆਂ ਛਤਰੀਆਂ ਬਹੁਤ ਸੋਹਣੀਆਂ ਹੁੰਦੀਆਂ ਇਹ ਬਾਕੀ ਹੁਣ ਟਰੈਕਟਰ ਕੰਪਲੀਟ ਹੋ ਚੁੱਕਿਆ ਜੀ ਅੱਛਾ ਜੀ ਹਾਂ ਇਹਦਾ ਹੁਣ ਜਾਣ ਦੀ ਤਿਆਰੀ ਚ ਆ ਪਰ ਇਹ ਹੁਣ ਗੁੱਡ ਬਾਈ ਟਾਟਾ ਵਾਲਾ ਕੰਮ ਹੋ ਗਿਆ ਟਰੈਕਟਰ ਦਾ ਹੈ ਲੈਟਾ ਲੂਟਾ ਲੱਗ ਗਈਆਂ ਇਹ ਟਰੈਕਟਰ ਤਾਂ ਹੋ ਗਿਆ ਜੀ ਫਿਰ ਇੱਕ ਨਾਲ ਖੜਿਆ ਆ ਇਹਦੇ ਵਿੱਚ ਤਾਂ ਤੁਹਾਡੀ ਪੀਐਚਡੀ ਕਰ ਰੱਖੀ ਹੋਈ ਆ ਇਹਦੀ ਤਾਂ ਪੀਐਚਡੀ ਪੂਰੀ ਕਰ ਰੱਖੀ ਇਹਦੇ ਤੇ ਭਾਵੇਂ ਸਾਰਾ ਦਿਨ ਲਾ ਲਓ ਸਾਰਾ ਦਿਨ ਲਾ ਲਓ ਜੀ ਇਹ ਤਾਂ ਦਿਲ ਹੀ ਨਹੀਂ ਆਗਦਾ ਹਾਂ ਇਹਨੂੰ ਚਲਾਉਂਦਿਆਂ ਨੂੰ ਜੀਵ ਨਹੀਂ ਆਗਦਾ ਇਸ ਟਰੈਕਟਰ ਨੂੰ ਹਾਂ ਤੇ ਵੇਖਦਿਆਂ ਨੂੰ ਜੀਵ ਨਹੀਂ ਲੱਗਦਾ ਵੀ ਸਾਡਾ ਸੋਹਣਾ ਹੀ ਬੜਾ ਲੱਗਦਾ ਪਰ ਇੱਕ ਚੀਜ਼ ਹੈ ਇਹਦੀ ਜਿਵੇਂ ਹੁਣ ਇਹ ਦੋ ਟਰੈਕਟਰ ਖੜੇ ਆ ਹਾਂਜੀ ਇਸ ਟਰੈਕਟਰ ਨੇ ਹਾਂਜੀ ਇਹ ਟਰੈਕਟਰ ਦਾ ਸਾਥ ਦਿੱਤਾ ਹੈ ਦਿੱਤਾ ਪਰ ਇਸ ਟਰੈਕਟਰ ਦਾ ਅਜੇ ਤੱਕ ਕਿਸੇ ਟਰੈਕਟਰ ਨੇ ਸਾਥ ਨਹੀਂ ਦਿੱਤਾ ਕਾਹਦੋਂ ਕਿਉਂਕਿ ਜੱਟ ਦੀ ਜ਼ਮੀਨ ਹੀ ਅਜੇ ਤੱਕ ਬੁਕਦਾ ਰਿਹਾ ਸ਼ੇਰ ਇਹ ਕੱਲਾ ਸ਼ੇਰ ਇਹ ਮੂਸੇ ਵਾਲਾ ਹੈ ਇਹ ਮੂਸੇ ਵਾਲਾ ਹਾਂਜੀ ਬਾਪੂ ਜੀ ਇੱਕ ਤੈਨੂੰ ਬੰਪਰ ਵਾਲਾ ਸੋਹਣਾ ਲਾ ਰੱਖਿਆ ਬੰਪਰ ਤਾਂ ਇਹਦੇ ਫਿਰ ਬਣਾ ਕੇ ਲਾਦਾ ਹੀ ਉਹ ਇੱਕ ਦੂਜਾ ਇੱਕ ਕੁਆਂਟਲ ਤੇ 15-16 ਕਿਲੋ ਦਾ ਬੰਪਰ ਅੱਛਾ ਹਾਂਜੀ ਇਹ ਵੈਸੇ ਚੱਲਾ ਕਿੱਥੇ ਆ ਟਰੈਕਟਰ ਦਾ ਉਹ ਲਿਖਿਆ ਮਾਝੇ ਵਾਲੇ ਜੱਟਾਂ ਦਾ ਟਰੈਕਟਰ ਇਹ ਬਾਪੂ ਜੀ ਹੁਣ ਪਹਿਲਾਂ ਤਾਂ ਸਗਾ ਤੁਹਾਡੇ ਮਾਲਵੇ ਦੇ ਵਿੱਚ ਇਹਦਾ ਬਾੜਾ ਪ੍ਰਭਾਵ ਹੁਣ ਤਾਂ ਮਾਝੇ 'ਚ ਵੀ ਆਪਾਂ ਜੀ ਭੇਜਦੇ ਟਰੈਕਟਰ ਇਹ ਕਰਕੇ ਮਾਝੇ 'ਚ ਵੀ ਜਾਂਦੇ ਨੇ ਦੁਆਬੇ ਕੰਨੀ ਦੁਆਬੇ ਕੰਮੀ ਜਾਂਦੇ ਆ ਉਧਰ ਵੀ ਜਾਂਦੇ ਨੇ ਟਰੈਕਟਰ ਉਧਰ ਵੀ ਜਾਂਦੇ
ਲਾਈਟਾਂ ਜਿਹੜੇ ਬੰਦੇ ਨੇ ਇੰਨੀਆਂ ਮਹਿੰਗੀਆਂ ਲਾਤੀਆਂ ਟਰੈਕਟਰ ਤੇ ਕਿੰਨਾ ਪੈਸਾ ਲਾਤਾ ਹੋਊਗਾ ਲਾਈਟ ਟਾਈਟ ਦੇ ਪਰ ਇਹ ਟਰੈਕਟਰ ਹੈ ਜਿਹੜਾ ਇਹ ਜਿੰਨੇ ਇਹਦੇ ਚ ਗਾਉਣਾ ਹੈ ਪਰ ਨਹੀਂ ਗਾਉਣ ਕਿਸੇ ਦੇ ਵਿੱਚ ਇਹ ਟਰੈਕਟਰ ਤੇ ਕਿੰਨਾ ਪੈਸਾ ਲੱਗ ਗਿਆ ਹੁਣ ਤੱਕ ਹੁਣ ਤੱਕ ਜਿੱਥੇ ਹੁਣ ਇਹ ਖੜਾ ਹੈ ਬੰਪਰ ਤੋਂ ਲੈ ਕੇ ਹੁੱਕ ਤੱਕ ਦੱਸ ਦਈਏ 9.5 ਲੱਖ ਰੁਪਏ 9.5 ਲੱਖ ਰੁਪਏ 9.5 ਲੱਖ ਸਨੇ ਵਾਜਾ ਵੀ ਵਾਜਦਾ ਨਾਲ ਇਹਦਾ 9.5 ਲੱਖ ਰੁਪਿਆ ਲੱਗ ਗਿਆ ਹਾਂਜੀ 9.5 ਲੱਖ ਚ ਬਾਪੂ ਜੀ ਕੀ ਲਾਤਾ ਲੱਖ ਰੁਪਿਆ ਦਾ ਛੱਡ ਦੋ ਲਾਈਟਾਂ ਦਾ ਲੱਗ ਗਿਆ 8.5 ਲੱਖ ਰੁਪਿਆ ਹੁਣ ਰਹਿ ਗਿਆ ਇਹਦੇ ਇੰਜਨ ਦਾ ਕੰਮ ਵੀ ਹੋ ਗਿਆ ਸਾਰਾ ਵੈਸੇ ਥੱਲੇ 9.5 ਕਿ ਹੋਰ ਟਰੈਕਟਰ ਪਹਿਲਾਂ ਦੱਸ ਦਈਏ ਰੀਨਲ 9.5 ਪੈਂਡ ਬਾਈ ਕੀਤਾ ਪੈਂਡ ਬਾਈ ਕੀਤਾ ਫਰਕ ਕੀ ਹੈ ਮੇਜਰ ਦੋਨਾਂ ਚ ਜੇ ਮੈਂ ਦੱਸਣਾ ਹੋਵੇ ਜੇ ਮੈਂ ਇਹ ਟਰੈਕਟਰ ਤੱਕ ਤਾਂ ਤੇਲ ਦਾ ਖਰਚਾ ਬਹੁਤ ਘੱਟ ਹੈ ਉਹਦੇ ਨਾਲੋਂ ਹਾਂ ਤੇ ਬਾਕੀ ਇਹ ਤੇਲ ਬ੍ਰੇਕਾਂ ਹੋ ਗਿਆ ਅੱਛਾ ਬ੍ਰੇਕਾਂ ਤੇਲ ਵਾਲੀਆਂ ਤੇਲ ਵਾਲੀਆਂ ਡੈਸਕ ਬ੍ਰੇਕ ਆ ਇਹ ਅੱਛਾ ਮਗਰਾੜ ਨਵੇਂ ਲੱਗ ਗਏ ਰਿਮ ਚਾਰੇ ਨਵੇਂ ਪੈ ਗਏ ਅੱਗੇ ਤੋਂ ਪਿੱਛੇ ਤੱਕ ਸਾਰਾ ਕੰਮ ਹੋ ਗਿਆ ਤੇ ਹੁੱਡ ਲੱਗ ਗਈ ਹਾਂ ਵਾਜਾ ਲੱਗ ਗਿਆ ਤੇ ਅੱਛਾ ਉਹ ਲਾ ਸਪੀਕਰ ਸੁਣਨ ਦੇ ਲੱਗ ਗਏ ਲੱਗ ਗਿਆ ਹਾਂ ਇਹਦਾ ਸਾਈਡ ਤੇ ਇੱਕ ਬੈਟਰੀ ਵੀ ਸਪੈਸ਼ਲ ਰੱਖੀ ਹੈ ਤੇ ਉਹ ਕਾਦੋਂ ਬਹੁਤ ਕੰਮ ਦਿੱਤਾ ਉਹ ਟਰੈਕਟਰ ਨੇ ਓਦੋਂ ਬਾਅਦ ਫਿਰ ਇਹਨਾਂ ਪਿਆਰੀ ਪੈ ਗਿਆ ਜਦੋਂ ਇਹਦੀ ਸੀਟ ਤੇ ਬਹਿੰਦੇ ਆ ਪੁਰਾਣੀ ਸੈਲਫ ਯੂਜ ਨੀ ਕਰਦੇ ਕਿਉਂਕਿ ਮੁੜ ਕੇ ਘੀ ਘੀ ਜੀ ਕਰੀ ਜਾਂਦੇ ਫਿਰ ਸਵਾਦ ਨੀ ਆਉਂਦਾ ਤੁਸੀਂ ਗੱਲ ਕਰਦੇ ਸੀਗੇ ਕਿਹੜੇ ਟਰੈਕਟਰ ਦੀ ਬਲੈਕ ਚੱਲਦੀ ਆ ਉਹ ਕਿਆ ਚੱਕਰ ਆ ਬਈ ਜੀ ਜਦੋਂ ਟਰੈਕਟਰ ਇਹ ਮੈਂ ਨਾ 98 ਦੇ 98 ਦੇ ਵਿੱਚ ਯਾਂਸੀ ਸੀਗਾ ਉਦੋਂ ਇਸ 9.5 ਟਰੈਕਟਰ ਦੀ ਬਲੈਕ ਚੱਲਦੀ ਸੀਗੀ ਜਿਵੇਂ ਅੱਜ ਕੱਲ੍ਹ ਸਕਾਰਪੀਓ ਦੀ ਚੱਲਦੀ ਆ ਇਹ ਟਰੈਕਟਰ ਇਹ ਹੁਣ ਵੀ ਇਸ ਟਾਈਮ ਉਹੀ ਚੀਜ਼ ਹੀ ਆ ਮਿਲਦਾ ਨਹੀਂ ਨਾ ਨਾ ਮਿਲਦਾ ਹੀ ਨਹੀਂ ਹੁਣ ਉਹ 9.5 ਟਰੈਕਟਰ ਉਦੋਂ ਵੀ ਬਲੈਕ ਸੀ ਅੱਜ ਵੀ ਬਲੈਕ ਹੈ ਜਿਹੜੇ ਭਰਾ ਕੋਲੇ ਉਹ ਟਰੈਕਟਰ ਨਹੀਂ ਵੇਚਦਾ ਉਹ ਕਹਿੰਦਾ ਨਹੀਂ ਇਹ ਖੜੇ ਦਾ ਮੁੱਲ ਵੱਧਦਾ ਖੜੇ ਦਾ ਵੀ ਵੱਧਦਾ ਤੇ ਚੱਲਦੇ ਦਾ ਵੀ ਵੱਧਦਾ ਮਤਲਬ ਜੇ ਆਪਾਂ ਖੜੇ ਇਸ ਟਾਈਮ ਖੜੇ ਖੜੇ ਤਾਂ ਵਧੀ ਜਾ ਰਿਹਾ ਵਧੀ ਜਾ ਰਿਹਾ ਇਸ ਟਾਈਮ ਆਪਾਂ ਜੇ ਕਿਸੇ ਨੇ ਵਧੀਆ ਹਾਲਤ ਨਾਲ 9.5 ਲੈਣਾ ਹੋਵੇ ਰਿਜ਼ਲ ਹਾਂਜੀ ਤਾਂ ਕਿੰਨੇ ਕਦਾ ਮਿਲਦਾ ਹੋਊ 3.5 ਲੱਖ ਰੁਪਏ ਦਾ ਮਤਲਬ 1 ਲੱਖ ਰੁਪਏ ਰੇਟ ਤਾਂ ਸਾਲ ਚ ਵੱਧ ਗਿਆ ਇਹਦਾ ਵੱਧ ਗਿਆ ਬਾਕੀ ਇਹ ਕਿਉਂ ਆਣਾ ਵੀ ਜਦੋਂ ਟਰੈਕਟਰ ਅੰਦਰ ਹੀ ਲੱਗੇ ਸੀ ਤੇ ਉਹ ਵੀ ਹੁਣ ਅੰਦਰਾਂ ਚੋਂ ਬਾਹਰ ਆ ਗਏ ਜਿਵੇਂ ਟਰੈਕਟਰ ਪਹਿਲਾਂ ਅੰਦਰ ਲਾਦਾ ਸੀ ਇਹਨੂੰ ਲਾਦੇ ਯਾਰ ਇਹ ਤੋਂ ਪੱਕੀ ਕਰਾਉਣਾ ਪਰ ਹੁਣ ਨਹੀਂ ਹੁਣ ਇਹ ਤਾਂ ਇਹਦੇ ਗੁਣ ਮੁੱਲ ਪੈ ਗਿਆ ਇਹਦਾ ਹੁਣ ਲਾ ਕੇ ਪਾਇਆ ਵੀ ਮੂਸੇ ਵਾਲੇ ਨੇ ਇੱਕ ਤੇ ਲਾ ਕੇ ਮੂਸੇ ਵਾਲਾ ਤਾਂ ਹੁਣ ਕਹਿੰਦਾ ਹੁਣ ਦੇ ਪਿੰਡ ਚ ਕਿਹੜੀ ਹੁਣ ਦੇ ਪਰ ਇੱਕ ਗੱਲ ਹੋਰ ਹੈ ਜਦੋਂ ਇਸ ਟਰੈਕਟਰ ਤੇ ਮੈਂ ਬੈਠਾ ਹਾਂ ਪਹਿਲਾਂ ਪਿੰਡ ਚ ਕਿਹੜਾ ਮੈਂ ਇਹਦੇ ਨਾਲ ਮੈਂ ਦਿੰਦਾ ਫਿਰ ਸਾਰਾ ਪਿੰਡ ਮੇਰੇ ਪਿੱਛੇ ਗੇੜਾ ਦਿੰਦਾ ਅੱਛਾ ਜੀ ਹਰ ਜਿਹੜੇ ਮੈਂ ਨਵਾਂ ਪਾਤਾ ਬਾਪੂ ਜੀ ਇਹਦਾ ਹਾਂਜੀ ਨਵਾਂ ਵੇਟ ਬੂਟ ਲਾ ਤੇ ਪਿੱਛੇ ਵੇਟ ਨਵੇਂ ਲਾ ਤੇ ਮਰਗਾੜ ਲਾ ਤੇ ਪਿੱਛੇ ਬਾਪੂ ਜੀ ਫਿਰ ਕੀ ਬਦਲੇ ਇਹਦਾ ਪਿੱਛੋਂ ਇਹਦੀਆਂ ਲਿੰਕਾਂ ਚੇਂਜ ਹੋਊਗੀਆਂ ਪਿੱਛੋਂ ਸਾਰਾ ਹੀ ਨਵਾਂ ਜੀ ਇਹ ਸਾਰਾ ਹੀ ਨਵਾਂ ਕੋਈ ਚੀਜ਼ ਪੁਰਾਣੀ ਨਹੀਂ ਇਹਦੇ ਵਿੱਚ ਆ ਕਿੱਲੀਆਂ ਜਿਹੜੀ ਕੰਪਨੀ ਦਿੰਦੀ ਸੀ ਨਾ ਹਾਂਜੀ ਇਹ ਕੰਪਨੀ ਵਾਲੀਆਂ ਸਾਰੀਆਂ ਕਿੱਲੀਆਂ ਨਵੀਆਂ ਇਹਦੇ ਸਭ ਕੁਝ ਨਵਾਂ ਲਾਦਾ ਸਭ ਕੁਝ ਨਵਾਂ ਪਤਾ ਮਤਲਬ ਕਹਿੰਦੀ ਕਿ ਜੇ ਟਰੈਕਟਰ ਤੇ ਪੈਸੇ ਲੱਗੇ ਨੇ ਤਾਂ ਦੀਦੇ ਆ ਦੀਦੇ ਆ ਐ ਨਹੀਂ ਵੀ ਤਾਂ ਥਾਂ ਹੋ ਜਾਣੀਆਂ ਕਿੱਲੀਆਂ ਨਾ 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 ਕੰਪਨੀ ਕੰਡੀਸ਼ਨ ਬਣ ਗਿਆ ਟਰੈਕਟਰ ਇਹ ਮਤਲਬ ਜੇ ਹੁਣ ਇਹ ਟਰੈਕਟਰ ਨਾਲ ਵਾਹੀ ਕਰਨੀ ਹੋਵੇ ਸਾਡੇ ਭਰਾ ਵਾਂਗੂ ਐ ਠੋਕ ਕੇ ਜਿਵੇਂ ਮੂਸੇ ਵਾਲਾ ਖੜਾ ਆ ਤਾਕੜ ਤਰੀਕੇ ਨਾਲ ਤਾਕੜ ਤਰੀਕੇ ਨਾਲ ਹਾਂਜੀ ਤਾਂ ਚੱਲ ਲੂ ਚੱਲੂਗਾ ਚੱਲੂਗਾ ਜਿਵੇਂ ਉਹ ਚੱਲਦਾ ਓਵੇਂ ਇਹ ਚੱਲੂ ਐ ਕਿ ਮਤਲਬ ਇਹਨੂੰ ਖੇਤੀ ਤੇ ਵਰਤ ਸਕਦੇ ਆ ਹਾਂਜੀ ਇਹ ਟਰੈਕਟਰ ਨੇ ਨਾ ਬਾਹਰ ਜਾਣਾ ਇਹਨੇ ਬਾਹਰ ਜਾਣਾ ਹੈ ਨਿਊਜ਼ੀਲੈਂਡ ਜਾ ਰਿਹਾ ਹੈ ਟਰੈਕਟਰ ਅੱਛਾ ਹਾਂਜੀ ਇਹ ਆਪਣੇ ਬੇਟੇ ਦੇ ਵਿਆਹ ਕਰਕੇ ਟਰੈਕਟਰ ਇੱਥੇ ਰੋਕ ਲਿਆ ਸੀ ਆਪਾਂ ਠੀਕ ਹੈ ਜੀ ਹਾਂ ਆਏ ਸੀ ਕਹਿੰਦੇ ਲੈਣਾ ਮੈਂ ਬਾਈ ਜੀ ਰੋਕ ਜੋ 2 ਦਿਨ ਅੱਛਾ ਜੀ ਬਰਾਤ ਕਰਕੇ ਛੋਛਾ ਬਾਅਦ ਆ ਜਾ ਕਰਨਾ ਪੈਂਦਾ ਉਹ ਚੱਕਰਾਂ ਦੇ ਵਿੱਚ ਇੱਕ ਤਾਂ ਆ ਲੱਗ ਗਿਆ ਬਾਪੂ ਜੀ ਉਹ ਕਾਦੀ ਲਾ ਰੱਖੀ ਹੈ ਡੰਡੀ ਜੀ ਪਰਲੇ ਪਾਸੇ ਉਹ ਰੇਸ ਆ ਜੀ ਹੱਥ ਵਾਲੀ ਹੱਥ ਵਾਲੀ ਸੋਨਾਲੀ ਕਾ ਟਰੈਕਟਰ ਨੂੰ ਲੱਗੀ ਇਹਦੇ ਅੱਛਾ ਇਹਦਾ ਇਹ ਪ੍ਰੋਵੀਜ਼ਨ ਕਾਹਤੋਂ ਦਿੱਤੀ ਹੈ ਵੈਸੇ ਕਿ ਸੌਖਾ ਹੁੰਦਾ ਚਲਾਉਣਾ ਇਹਦਾ ਚਲਾਉਣਾ ਵੀ ਸੌਖਾ ਰਹਿੰਦਾ ਹੈ ਹੱਥ ਦੇ ਕੋਲੇ ਰੇਸ ਦੇਣੀ ਵੀ ਸੌਖੀ ਹੈ ਹਾਂਜੀ ਸਾਈਡ ਗੇਅਰ ਨੂੰ ਲੱਗਦਾ ਇਹ ਅੱਛਾ ਇੱਕ ਤਾਂ ਉਹ ਲੱਗ ਗਈ ਸੀਟ ਵੀ ਇਹਨੂੰ ਵਧੀਆ ਲੱਗ ਰਹੀ ਹੈ ਸੀਟ ਵੀ ਬਹੁਤ ਵਧੀਆ ਲੱਗ ਗਈ ਇਹਨੂੰ ਐਂਪ ਵੀ ਬਹੁਤ ਵਧੀਆ ਲੱਗ ਗਿਆ ਇਹਦਾ ਸਿਸਟਮ ਇੱਥੇ ਕਿੰਨਾ ਕੁ ਖਰਚਾ ਆ ਗਿਆ ਹੋਊਗਾ ਇਹ ਸਿਸਟਮ ਤੇ ਇਹ ਬੇਟੇ ਨੇ ਲਵਾਇਆ ਹੈ ਹੈ ਭਾਈ ਕਿੰਨਾ ਖਰਚਾ ਆ ਗਿਆ ਸਿਸਟਮ ਤੇ ਇਹਦੇ 55000 ਰੁਪਇਆ ਮੰਨ ਕੇ ਚੱਲੋ ਜੀ 55000 ਰੁਪਇਆ 55000 ਰੁਪਏ ਦੇ ਵਿੱਚ ਕੀ ਲਾ ਕੇ ਦੇ ਦਿੰਦਾ ਬੰਦਿਆਂ ਨੂੰ ਸਿਸਟਮ ਫੋਟੋ ਲਾ ਕੇ ਫਿਟਿੰਗ ਕਰਕੇ ਪ੍ਰੋਪਰ ਅੱਛਾ 55 60000 ਰੁਪਏ ਇੱਕ ਚੀਜ਼ ਖਾ ਗਈ ਨਹੀਂ ਛਤਰੀ ਅੱਡ ਤੋਂ ਨਹੀਂ ਛਤਰੀ ਅੱਡ ਤੋਂ
ਛਤਰੀ 52000 ਲੱਖ ਰੁਪਿਆ ਤਾਂ ਉਹ ਲੱਗਾ ਮਤਲਬ ਕਹਿ ਦਈਏ ਕਿ ਟਰੈਕਟਰ ਇੱਕ ਸ਼ਕੀਨ ਬੰਦੇ ਦਾ ਟਰੈਕਟਰ ਸ਼ਕੀਨ ਆ ਬਾਕੀ ਇਹ ਲਾਈਟਾਂ ਦਾ ਵੀ ਮੁੱਲ ਪੈਂਦਾ ਨਾ ਜੀ ਇਹਨਾਂ ਦਾ ਹਾਂ ਮਤਲਬ ਇਹ ਇੱਕ ਵਾਰੀ ਕਰ ਦਿੰਦੇ ਨੇ ਬੰਦੇ ਨੂੰ ਨਾ ਅੰਨਾ ਕਿ ਰੋਕ ਲੈਂਦੀ ਆ ਕਹਿੰਦੇ ਖੜ ਜਾ ਬਈ ਐ ਨਹੀਂ ਉਹ ਬਾਲੀਆਂ ਤਕੜੀਆਂ ਲਾਈਟਾਂ ਨੇ ਇਹ ਤਾਂ ਲੰਘ ਸਕਦਾ ਇੱਕ ਤਾਂ ਇੱਕ ਬਟਨ ਜਿਹਾ ਲਾ ਰੱਖਿਆ ਇਹ ਬਟਨ ਵੀ ਇਹ ਵੀ ਸੈਲਫ ਸਟਾਰਟ ਹੀ ਆ ਅੱਛਾ ਜੀ ਉਹ ਡੈਂ ਖੁੱਲਦੀ ਕਰਦੀ ਹਾਂ ਜੀ ਹਾਂ ਇਹ ਅੱਜ ਕੱਲ ਸਾਰੇ ਪਾਲਦੇ ਨੇ ਕਿ ਸਾਡੇ ਟਰੈਕਟਰ ਦੀ ਉਹ ਡੈਂ ਖੁੱਲਦੀ ਕਰਦੀ ਹਾਂ ਜੀ ਹਾਂ ਜੀ ਇਹ ਪਸੰਦ ਬਹੁਤ ਆ ਹਾਂ ਬਹੁਤ ਪਸੰਦ ਆ ਇਹ ਹੁਣ ਬਾਪੂ ਜੀ ਇਹ ਟਰੈਕਟਰ ਮੰਨ ਲਓ ਇੱਥੋਂ ਹੀ ਲੈ ਗਏ ਹਾਂਜੀ ਇਸ ਤੋਂ ਬਾਅਦ ਜਦੋਂ ਇਹਨੂੰ ਬਾਉਣਗੇ ਚਲਾਉਣਗੇ ਇਸ ਤੋਂ ਬਾਅਦ ਇਹ ਟਰੈਕਟਰ ਮੇਜਰ ਰਿਪੇਅਰ ਆ ਕਿਆ ਮੰਗਦਾ ਹੁੰਦਾ ਕੁਝ ਨਹੀਂ ਮੰਗਦਾ ਜੀ ਇਹ ਕੁਝ ਨਹੀਂ ਮੰਗਣੀ ਇਹਦੇ ਨਾ ਕੁਝ ਨਹੀਂ ਮੰਗ ਕਿਉਂਕਿ ਕੰਮ ਹੀ ਸਾਰਾ ਰਹਿਣਾ ਸਮਾਨ ਹੀ ਵਿੱਚ ਤੇ ਰਹੀ ਨਾਲ ਪੈ ਗਿਆ ਹਾਂ ਚਲੋ ਉਰੇ ਤਾਂ ਅਗਲਾ ਖੇਤੀ ਕਰੂਗਾ ਬਾਹਰ ਤਾਂ ਸ਼ੌਂਕ ਨੂੰ ਖੜਦਾ ਬਾਹਰ ਦਾ ਸ਼ੌਂਕ ਨੇ ਇਹ ਸ਼ੌਂਕ ਦੇ ਕਬੂਤਰ ਆ ਇਹ ਕੋਈ ਕਾਲੀ ਨੀ ਕੋਈ ਹੈ ਜਿਹੜੇ ਚੀਜ਼ ਪਾਉਣਾ ਨਟ ਅੱਜ ਲਿਆਉਣਾ ਤੇ ਅਗਲੇ ਦਿਨ ਪਾਉਣਾ ਮਤਲਬ ਲੱਗੇ ਦੋ ਮਹੀਨੇ ਤਿੰਨ ਮਹੀਨੇ ਪੂਰੇ 6 ਮਹੀਨੇ ਹੋ ਗਏ 6 ਮਹੀਨੇ ਲੱਗੇ ਪੂਰੇ 6 ਇਹਨੂੰ 6 ਲੱਗੇ ਇਹਨੂੰ 6 ਮਹੀਨੇ ਲੱਗੇ ਪਰ 6 ਦੇ ਵਿੱਚ ਤਸੱਲੀ ਹੋ ਗਈ ਤਸੱਲੀ ਹੋ ਗਈ ਹੁਣ ਆਪਾਂ ਤਸੱਲੀ ਕਰਨ ਤੋਂ ਬਾਅਦ ਗਾਰੰਟੀ ਕਾਦੀ ਦੇਣ ਲੱਗੇ ਗਾਰੰਟੀ ਇਹਦੀ ਸਾਰੇ ਕਾਸੇ ਦੀ ਕੋਈ ਹੈ ਕਿਸੇ ਚੀਜ਼ ਦੀ ਨਹੀਂ ਇਹਦੀ ਗਾਰੰਟੀ ਕੋਈ ਨਹੀਂ ਮਤਲਬ ਬੰਪਰ ਤੋਂ ਸ਼ੁਰੂ ਹੋ ਜਾਏ ਪਿੱਛੇ ਤੱਕ ਸਾਰੀ ਫੁੱਲ ਗਾਰੰਟੀ ਜਿਹੜੀ ਮਰਜ਼ੀ ਚੀਜ਼ ਜਿਹੜੀ ਚੀਜ਼ ਸਾਰੀ ਚੀਜ਼ ਦੀ ਆਪਣੇ ਵੱਲੋਂ ਗਾਰੰਟੀ ਹੈ ਤੇ ਇਹਦੀ ਇਹਦੀ ਵੀ ਪੂਰੀ ਗਾਰੰਟੀ ਹੈ ਹਾਂ ਇਹ ਵੀ ਹੁਣ ਆਪਣੇ ਫਰੇਮ ਤੇ ਤਾਂ ਖੜੇ ਨੇ ਬਾਪੂ ਜੀ ਦੋ ਟਰੈਕਟਰ ਹੈ ਇੱਕ ਫੋਰਡ ਹੈ ਇੱਕ 911 911 ਪਿਛਲੀ ਵਾਰੀ ਆਪਣੇ ਕੋਲ 3911 ਸੀ 3 ਸੀ ਤੂੰ ਪਿਛਲੇ ਦੀ 2911 2911 ਹੁਣ ਜਿਹੜੇ ਵੀਡੀਓ ਦੇਖਦੇ ਉਹਨਾਂ ਨੂੰ ਦੱਸ ਦੇ ਇਕੱਲੇ 911 ਤੇ ਫੋਰਡ ਦਾ ਕੰਮ ਨਹੀਂ ਕਰਦੇ ਹੋਰ ਕਿਹੜਾ ਟਰੈਕਟਰ ਕੰਮ ਆਪਾਂ ਸਾਰਾ ਦਾ ਆਲਰਾਊਂਡਰ ਕੰਮ ਹੀ ਆਪਣਾ ਮਕੈਨੀਕਲ ਪੱਖੋਂ ਵੀ ਮਕੈਨੀਕ ਕੰਮ ਹੋਵੇ ਰੰਗ ਵੱਲਿੰਗੋਂ ਵੀ ਜੋ ਵੀ ਆ ਕੰਮ ਹਰ ਕੀ ਕਰ ਸਕਦੇ ਆ ਜੇ ਆਪਾਂ ਓਵਰਆਲ ਟਰੈਕਟਰ ਛਤਰੀ ਸਿਸਟਮ ਇਹਨਾਂ ਦਾ ਟਰੈਕਟਰ ਦਾ ਸਮਾਨ ਵਾਧੂ ਮਿਲਦਾ ਇੱਧਰ ਹਾਂ ਜਿੰਨਾ ਮਰਜ਼ੀ ਲੈ ਜਾਓ ਜੀ ਵਾਧੂ ਸਮਾਨ ਮਿਲਦਾ ਤੇ ਹੁਣ ਜੇ ਆਪਾਂ ਟਾਈਮ ਦੇਣਾ ਹੋਵੇ ਜੇ ਕਿਸੇ ਨੇ ਫੋਰਡ ਤਿਆਰ ਕਰਾਉਣਾ ਕਿੰਨਾ ਟਾਈਮ ਲਾਵਾਂਗੇ ਟਾਈਮ ਤਾਂ ਜੀ ਹੁਣ ਆਪਣੇ ਕੋਲੇ ਟਰੈਕਟਰ ਜਿਹੜੇ ਖੜੇ ਆ ਕਿਉਂਕਿ ਉਹ ਨੰਬਰ ਵਾਰ ਹੀ ਨੰਬਰ ਲੱਗਣਾ ਇਹਨਾਂ ਦਾ ਅੱਜ ਹੁਣ ਬਾਈ ਆਏ ਸੀਗੇ ਹਾਂਜੀ ਉਹ ਮੈਨੂੰ ਪੁੱਛ ਕੇ ਕਹਿੰਦੇ ਮੈਂ ਬਾਈ 2 ਮਹੀਨੇ ਲੱਗਣਗੇ ਕਿਉਂਕਿ ਜਿਹੜੇ ਪਹਿਲਾਂ ਵਾਲੇ ਟਰੈਕਟਰ ਉਹ ਵੀ ਵਿੱਚ ਸਾਂਭਣੇ ਆ ਪਰ ਜਿਹੜਾ ਮਰਜ਼ੀ ਟਰੈਕਟਰ ਦੇ ਦਿਓ ਆਈ ਕਿਸੇ ਟਰੈਕਟਰ ਦਾ ਨੰਬਰ ਕੱਟ ਕੇ ਨਹੀਂ ਲਾਉਂਦੇ ਕਿ ਜਿਹੜਾ ਟਰੈਕਟਰ ਮੂਹਰੇ ਲੱਗਾ ਤਿਆਰ ਉਸੇ ਨੇ ਕਰ ਹਾਂ ਹੁਣ ਵੀਡੀਓ ਮਕਾਉਣ ਤੋਂ ਪਹਿਲਾਂ ਬਾਪੂ ਜੀ ਹੁਣ ਜਿਹੜੇ ਬਾਈ ਦੇਖਦੇ ਆ ਉਹ ਤਾਂ ਜਿਹੜੇ ਪਹਿਲਾਂ ਤੋਂ ਦੇਖਦੇ ਉਹਨਾਂ ਨੂੰ ਤਾਂ ਪਤਾ ਗਏ ਬਾਈ ਆਉਣਾ ਕਿੱਥੇ ਆ ਇਹ ਹਾਂਜੀ ਜਦੋਂ ਆਪਾਂ ਮੰਨ ਲਓ ਬਾਗੇ ਪੁਰਾਣੇ ਤੋਂ ਕੋਟਕਪੂਰੇ ਵੱਲ ਨੂੰ ਆਉਂਦੇ ਆ 5 ਗਰਾਂ ਕਲਾਂ ਪਿੰਡ ਆ ਹਾਂਜੀ 911 ਖੜੇ ਹੋਣੇ ਆ 911 ਬਾਰ ਦੇ ਮੂਰੇ ਖੜੇ ਹੁੰਦੇ ਜੀ ਆਪਣੇ ਤੇ ਗੇਲਾ ਟਰੈਕਟਰ ਵਰਕਸ਼ਾਪ ਪਹਿਲਾਂ ਇੱਧਰ ਲਿਖਿਆ ਹੁੰਦਾ ਸੀ ਹੁਣ ਇੱਧਰ ਵੀ ਲਿਖਿਆ ਦੋਨੀ ਪਾਸਿਓਂ ਦੁਕਾਨਾਂ ਦੋ ਹੋ ਗਈਆਂ ਕਰਾਂਗਾਲੀ ਹੋ ਗਈ ਤੇ ਕਰਪੇਰ ਹੋ ਗਈ ਹੁਣ ਦੋਨੋਂ ਪਾਸੇ ਵਰਕਸ਼ਾਪਾਂ ਨੇ ਅੰਕਲ ਹੋਣਾ ਦੀ ਆ ਬਾਈ ਤੁਸੀਂ ਜਿੱਥੇ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਨੰਬਰ ਸਕਰੀਨ ਤੇ ਦੇਤੇ ਆਈਡੀ ਸਕਰੀਨ ਤੇ ਦੇਤੀ ਤੇ ਉਹ ਵਿੱਕੀ ਉਹ ਯਾਰ ਆ ਜੱਟਾ ਵੀਡੀਓ 'ਚ ਤਾਂ ਆ ਜਾ ਤੇ ਭਾਈ ਜੇ ਅੰਕਲ ਦੁਕਾਨ ਤੇ ਨਾ ਹੋਏ ਤਾਂ ਆਪਣਾ ਆਹ ਬਾਈ ਹੋਊਗਾ ਹੈ ਇਹ ਵਿੱਕੀ ਆਹ ਵੀ ਵਿੱਕੀ ਅੰਕਲ ਜੀ ਤੇ ਵੀਡੀਓ ਵਧੀਆ ਹੋ ਗਈ ਤੇ ਬਾਈ ਤੁਹਾਡਾ ਤੇ ਬਾਈ ਤੁਹਾਡਾ ਜੀ ਧੰਨਵਾਦ ਜੀ ਉਹ ਬ੍ਰਦਰ ਉਹ ਫੋਨ ਤੇ ਲੱਗਿਆ ਜੱਟਾ ਆ ਜਾ ਵੀ ਇਧਰ ਵੀਡੀਓ ਚਾਹ ਰਿਹਾ ਜੱਟਾ ਕੁੜੀ ਕਰਨ ਦੀ ਗੱਲ ਤਾਂ ਨਹੀਂ ਕਰਦਾ ਤੇ ਬਾਕੀ ਮਿੱਤਰੋ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਈ ਹੈ ਤੇ ਬਾਈ ਤੁਹਾਡਾ ਤੇ ਅੰਕਲ ਤੁਹਾਡਾ ਜੀ ਸਮਾਂ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਪਰ ਇੱਕ ਚੀਜ਼ ਹੋਰ ਵੀ ਆ ਥੋੜਾ ਜਿਹਾ ਮੈਂ ਹੋਰ ਵੀ ਬੋਲੂੰਗਾ ਇਹ ਬਾਈ ਦੀ ਵੀ ਬਲੈਕ ਚੱਲ ਰਹੀ ਹੈ ਕਿਉਂਕਿ ਇਹਨੂੰ ਵੀ ਅਸੀਂ ਮਸਾਂ ਬੁਲਾਇਆ ਹੁਣ ਇਹਨੂੰ ਵੀ ਔਖਾ ਕਿਉਂਕਿ ਬੁਕਿੰਗ ਤੇ ਇਹਨਾਂ ਦਾ ਕੰਮ ਚੱਲ ਰਿਹਾ ਇਹ ਕਿਰਪਾ ਜੀ ਤੁਹਾਡੀ ਧੰਨਵਾਦ ਜੀ ਧੰਨਵਾਦ ਬਣ ਗਈ ਬਣ ਗਈ ਬਣ ਗਈ ਹੈ ਬਣ ਗਈ ਬਾਈ ਬਣ ਗਈ ਚਲੋ ਚਲੋ ਚੱਕ ਲਓ ਟਾਈਟਰ ਹੈ